ਕਹਿੰਦੇ ਤੇ ਸ਼ਰਧਾ ਹੋਵੇ ਮਨ ਵਿੱਚ ਤਾਂ ਮਨਜ਼ੂਰੀਆਂ ਹੁੰਦੀਆਂ ਨੇ ਸ਼ਰਧਾ ਹੋਵੇ ਮਨ ਵਿੱਚ ਤਾਂ ਮਨਜ਼ੂਰੀਆਂ ਹੁੰਦੀਆਂ ਨੇ ਤੀਰ ਦੇ ਦਰ ਤੇ ਸਭੇ ਆਸਾਂ ਪੂਰੀਆਂ ਹੁੰਦੀਆਂ ਇਹ ਡਰ ਹੈ ਟਾਲੀ ਵਾਲੇ ਦਾ ਇਹ ਡਰ ਹੈ ਟਾਲੀ ਵਾਲੇ ਦਾ ਇੱਥੇ ਸਭ ਦੀ ਪੂਰੀ ਆਸ ਹੋਵੇ ਆਸ ਤਾਈਓ ਪੂਰੀ ਹੁੰਦੀ ਹੈ ਜੇ ਮਨ ਦੇ ਵਿੱਚ ਵਿਸ਼ਵਾਸ ਹੋਵੇ ਇੱਥੇ ਊਚ ਨੀਚ ਸਭ ਮਿਟ ਜਾਂਦੇ ਚਾਹੇ ਆਮ ਹੋਵੇ ਚਾਹੇ ਖਾਸ ਹੋਵੇ ਇਹ ਉਹ ਦਰਬਾਰ ਹੈ ਜਿੱਥੇ ਸਭ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਸੋ ਆਓ ਮਾਂ ਦੀ ਗੱਲ ਕਰਨ ਜਾ ਰਹੇ ਹਾਂ ਜਗ ਜਨਨੀ ਦੀ ਗੱਲ ਕਰਨ ਜਾ ਰਹੇ ਹਾਂ ਕਿਉਂਕਿ ਗੁਰਬਾਣੀ ਦੇ ਵਿੱਚ ਲਿਖਿਆ ਹੈ ਸੋ ਕੇ ਮੁੰਡਾ ਆਖੀਐ ਜਿੱਤ ਜੰਮੇ ਰਾਜਾਨ ਇੱਕ ਦੁਖਿਆਰੀ ਮਾਂ ਦੀ ਗੱਲ ਕਰਨ ਜਾ ਰਹੇ ਹਾਂ ਜੋ ਦੁਨੀਆਦਾਰੀ ਦੀ ਠੁਕਰਾਈ ਆਪਣਿਆਂ ਦੀ ਠੁਕਰਾਈ ਦਰ ਦਰ ਦੀਆਂ ਠੋਕਰਾਂ ਖਾ ਕੇ ਟੁੱਟੇ ਜੇ ਮੰਜੇ ਤੇ ਬੈਠ ਜਾਂਦੀ ਹੈ ਆਪਣੇ ਦਿਲ ਦਾ ਹਾਲ ਕਿਸ ਤਰ੍ਹਾਂ ਸੁਣਾ ਰਹੀ ਹੈ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ ਸੋ ਸ਼ੁਕਰਗੁਜ਼ਾਰ ਹਾਂ ਸਾਡੇ ਸਤਿਕਾਰਯੋਗ ਵੱਡੇ ਵੀਰ ਜੀ ਗੁਰਮੀਤ ਮਾਨ ਜੀ ਸਾਡੇ ਸਤਿਕਾਰਯੋਗ ਗੁਰਮੀਤ ਮਾਨ ਭਾਜੀ ਜੋ ਹਰ ਸਾਲ ਇਹ ਮੇਲਾ ਕਰਵਾਉਂਦੇ ਨੇ ਭੰਡਾਰਾ ਕਰਵਾਉਂਦੇ ਨੇ ਸੋ ਇੱਕ ਵਾਰੀ ਤਾੜੀ ਮਾਰਦੇ ਹੋ ਜ਼ੋਰਦਾਰ ਸੋ ਸਾਡੇ ਲਖਵੀਰ ਰਿੰਕੂ ਭਾਜੀ ਸੋ ਦਿੱਲੀ 3007 ਸੁਰਜੀਤ ਮਾਹੇ ਜੀ ਅਵਤਾਰ ਭਾਜੀ ਸੋ ਸਾਡੇ ਜੈਬਾ ਭਾਜੀ ਪਵਨ ਜੀ ਸੋ ਰਸ਼ਪਾਲ ਬੱਲੂ ਜੀ ਜਿਹੜੇ ਕਿ ਸਾਨੂੰ ਸਾਰਿਆਂ ਨੂੰ ਮੂਵੀ ਦੇ ਵਿੱਚ ਕੈਦ ਕਰ ਰਹੇ ਨੇ ਸੋ ਜਿਹੜੇ ਸਿੰਗਰ ਸਾਡੇ ਵੀਰ ਗਾ ਗਏ ਨੇ ਸੋ ਉਹਨਾਂ ਤੋਂ ਅਗਰ ਕਿਸੇ ਦਾ ਦਿਲ ਕਰਦਾ ਹੈ ਕਿ ਗੌਰ ਚ ਬੋਲ ਸਕਦੇ ਆਪਾਂ ਪਿੱਛੇ ਆ ਕੇ ਆ ਸਕਦੇ ਹਾਂ ਸੋ ਆਪਣੀ ਮਰਜ਼ੀ ਨਾਲ ਕੋਈ ਜ਼ਰੂਰੀ ਨਹੀਂ ਹੈ ਜਿਹਦਾ ਦਿਲ ਕਰਦਾ ਹੈ ਔਰ ਜਿਹਨੇ ਨੇ ਗਾ ਲਿਆ ਉਹਨਾਂ ਨੇ ਆਪਣਾ ਮੋਮੈਂਟੋ ਵੀ ਲੈ ਕੇ ਜਾਣਾ ਕੋਰਸ ਤੇ ਵੀ ਨਾਲ ਬੇਨਤੀ ਹੈ ਪਲੀਜ਼ ਉਹ ਵੀ ਸਟੇਜ ਤੇ ਆਉਣਗੇ ਬਾਬਾ ਜੀ ਦੀ ਦਰਗਾਹ ਤੇ ਤੁਸੀਂ ਹਾਜ਼ਰੀ ਲਵਾਈ ਆ ਸਾਰੇ ਨਾਲ ਮਿਲ ਕੇ ਆਏ ਆਪਾਂ ਨੇ ਵੀਰਾਂ ਨੇ ਹਾਜ਼ਰੀ ਲਵਾਉਣੀ ਹੈ ਸੋ ਕੋਰਸ ਤੇ ਦੋ ਮੈਂ ਕਨ ਵੀਰ ਆਉਣ ਦੀ ਕਿਰਪਾ ਕਰੋ ਹਾਂ ਸ਼ੁਕਰੀਆ ਜੀ ਸੋ ਸਾਡੇ ਰੋਪੜ ਸ਼ਹਿਰ ਲਈ ਇੱਕ ਹੋਰ ਮਾਣ ਵਾਲੀ ਗੱਲ ਹੈ ਬਹੁਤ ਮਾਣ ਵਾਲੀ ਗੱਲ ਹੈ ਕਿ ਜੀ ਪੰਜਾਬੀ ਚੈਨਲ ਤੇ ਗੀਤ ਢੋਲੀ ਆਪਾਂ ਸਾਰੇ ਸੀਰੀਅਲ ਦੇਖਦੇ ਆ ਉਸ ਦੇ ਵਿੱਚ ਜੋ ਮੇਨ ਕਿਰਦਾਰ ਕਰ ਰਹੇ ਨੇ ਗੀਤ ਢੋਲੀ ਦੇ ਵਿੱਚ ਗੀਤ ਦੇ ਫਾਦਰ ਦਾ ਸਾਡੇ ਰਸ਼ਪਾਲ ਬੱਲੂ ਭਾਜੀ ਸੋ ਔਰ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਇਸ ਸ਼ਹਿਰ ਦੀ ਬੱਚੀ ਗੁਨਾਬੀ ਮਾਨ ਜਿਨ੍ਹਾਂ ਨੂੰ ਤੁਸੀਂ ਅਕਸਰ ਕੰਮੋ ਭੂਆ ਦੇ ਰੋਲ ਦੇ ਵਿੱਚ ਦੇਖਿਆ ਔਰ ਉਹਨਾਂ ਦੇ ਲਈ ਵੀ ਇੱਕ ਵਾਰੀ ਤਾੜੀ ਮਾਰ ਦਿਓ ਸਾਡੇ ਰੋਪੜ ਸ਼ਹਿਰ ਦਾ ਮਾਣ ਹੈ ਸਾਡੇ ਰੋਪੜ ਸ਼ਹਿਰ ਦਾ ਬਹੁਤ ਮਾਣ ਵਧਾਇਆ ਇਹਨਾਂ ਆਰਟਿਸਟਾਂ ਨੇ ਸੋ ਕ੍ਰਿਸ਼ਨਾ ਸੈਣੀ ਜੀ ਹਾਂਜੀ ਹਾਂਜੀ ਮੈਂ ਵੀ ਕੀਤਾ ਜੀ ਮੈਂ ਵੀ ਇਸ ਦੇ ਵਿੱਚ ਰੋਲ ਕੀਤਾ ਔਰ ਸਾਡੀਆਂ ਅਕਸਰ ਜਿਹੜੀਆਂ ਫਿਲਮਾਂ ਵੀ ਹੁੰਦੀਆਂ ਸਾਡੀਆਂ ਪਰਿਵਾਰਕ ਫਿਲਮਾਂ ਹੁੰਦੀਆਂ ਸਾਡੀ ਪਹਿਲਾਂ ਫਿਲਮ ਆਈ ਸੀ ਦਰਦ ਧੀਆਂ ਦੇ ਉਸ ਦੇ ਵਿੱਚ ਵੀ ਗੁਲਾਬੀ ਜੀ ਨੇ ਬਹੁਤ ਵਧੀਆ ਰੋਲ ਪਲੇ ਕੀਤਾ ਰਿੰਕੂ ਜੀ ਨੇ ਕੀਤਾ ਰਸ਼ਪਾਲ ਬੱਲੂ ਭਾਜੀ ਨੇ ਸੋ ਤੁਹਾਡਾ ਬਹੁਤ ਪਿਆਰ ਮਿਲਿਆ 3,20,000 ਵਿਊ ਹੋ ਗਏ ਸ਼ੁਕਰੀਆ ਮਿਹਰਬਾਨੀ ਸੋ ਆਓ ਜੀ ਮਾਂ ਦੀ ਗੱਲ ਕਰੀਏ ਹੁੱਟੀ ਨੂੰ ਦੱਸਾਂ ਦੁੱਖ ਖੋਲ ਕੇ ਬੈਠੀ ਮੰਜੇ ਉੱਤੇ ਭੋਗ ਦੀ ਸਜਾਵਾਂ ਨਾਲ ਪੁੱਤ ਪਾਲ ਕੇ ਲੋਕੋ ਪਾਣੀ ਨੂੰ ਤਰਸ ਦੀਆਂ ਕਿਉਂਕਿ ਕੱਲ ਯੁੱਗ ਦਾ ਦੌਰ ਹੈ ਅੱਜ ਕੱਲ੍ਹ ਦੀ ਜਨਰੇਸ਼ਨ ਜਿਹੜੀ ਹੈ ਉਹ ਮਾਂ ਬਾਪ ਨੂੰ ਘੱਟ ਬੁੱਝਦੀ ਹੈ ਉਸ ਦੁਖਿਆਰੀ ਮਾਂ ਦੀ ਗੱਲ ਕਰਨ ਜਾ ਰਿਹਾ ਕੀ ਲਿਖਿਆ ਕੀ ਨੂੰ ਦੱਸਾਂ ਦੁੱਖ ਤੋਂ ਨਿਕਲੇ ਬੈਠੀ ਮੰਗੇ ਉੱਤੇ ਭੋਗ ਦੀ ਜਵਾਨ ਕਿਤੇ ਪਰ ਚਾਵਾ ਨਾਲ ਸੀ ਜਵਾਨ ਕਿਤੇ ਮੈਂ ਚਾਵਾ
ਘਰਾਂ ਦੇ ਘਰਾਂ ਵਿੱਚ ਆਈਆਂ ਨੋਹਾਂ ਮੇਰੀਆਂ ਨੋਹਾਂ ਬਣ ਤੱਕ ਹੋਈਆਂ ਖੁਸ਼ੀਆਂ ਬਥੇਰੀਆਂ ਮਾਂ ਜਦੋਂ ਪੁੱਤ ਨੂੰ ਵਿਆਹੁੰਦੀ ਹੈ ਉਸਦੇ ਸ਼ਗਨ ਮਨਾਉਂਦੀ ਹੈ ਉਸਦੇ ਕਾਲਾ ਟਿੱਕਾ ਲਗਾਉਂਦੀ ਹੈ ਮੇਰੇ ਚੰਨ ਨੂੰ ਨਜ਼ਰ ਨਾ ਲੱਗ ਜਾਵੇ ਪੁੱਤ ਜਦੋਂ ਵਿਆਹੁਣ ਦੇ ਵਾਸਤੇ ਜਾਂਦਾ ਹੈ ਤਾਂ ਬੈਠ ਕੇ ਮਨ ਦੇ ਵਿੱਚ ਅਨੇਕਾਂ ਦਲੀਲਾਂ ਕਰਦੀ ਹੈ ਵਿਚਾਰ ਕਰਦੀ ਹੈ ਮੇਰਾ ਪੁੱਤ ਨੂੰਹ ਨੂੰ ਵਿਆਹ ਕੇ ਲਿਆਊਗਾ ਮੈਂ ਮੰਜੇ ਤੇ ਬੈਠ ਕੇ ਰਾਜ ਕਰਾਂਗੀ ਪੱਕੀਆਂ ਪਕਾਈਆਂ ਖਾਵਾਂਗੀ ਪਰ ਲੇਕਿਨ ਕਲਯੁਗ ਦਾ ਦੌਰ ਹੈ ਜਦੋਂ ਵਿਆਹ ਨੂੰ ਕੁਝ ਟਾਈਮ ਲੰਘਦਾ ਹੈ ਨੋ ਪੁੱਤ ਨੂੰ ਲੈ ਕੇ ਵੱਖ ਹੋ ਜਾਂਦੀ ਹੈ ਉਹ ਵਿਚਾਰੀ ਇਕੱਲੀ ਮਾਂ ਚੁੱਲ੍ਹੇ ਵਿੱਚ ਫਿਰ ਹੱਥ ਜਲਾਉਣ ਜੋਗੀ ਰਹਿ ਜਾਂਦੀ ਹੈ ਉਹ ਕੀ ਕਹਿ ਰਹੀ ਹੈ ਪੁੱਤਰਾਂ ਦੇ ਘਰਾਂ ਆਪ ਭੁੱਖੀ ਰਹਿ ਕੇ ਮਾਂ ਪਾਲਦੀ ਹੈ ਸਾਰੇ ਟੱਬਰ ਨੂੰ ਲੇਕਿਨ ਬੁਢਾਪੇ ਦੇ ਵਿੱਚ ਸਾਰੇ ਟੱਬਰ ਤੋਂ ਰਲ ਕੇ ਇਕੱਲੀ ਮਾਂ ਪਾਲੀ ਨਹੀਂ ਜਾਂਦੀ ਇਕੱਲੀ ਮਾਂ ਪਾਲੀ ਨਹੀਂ ਜਾਂਦੀ ਸੋ ਕੀ ਕਿਹਾ Oh,
सच्चे दरबार की।